ਹੈ, ਕੈਨੇਡਾ ਦੇ ਵਿੱਚ, ਅਮੈਰੀਕਾ 'ਚ, ਪਾਕਿਸਤਾਨ ਦੇ ਵਿੱਚ, ਇੰਡੀਆ ਦੇ ਵਿੱਚ, ਸਿੱਖਾਂ ਦੇ ਮੈਂ ਮੈਂਬਰਸ ਆਫ ਪਾਰਲੀਮੈਂਟ ਦੂਜੇ ਧਰਮ ਜਿਹੜੀ ਬਹੁ ਗਿਣਤੀ ਹੈ ਉਹਨਾਂ ਦੇ ਸੀਨੀਅਰ ਲੀਡਰਸ ਨੂੰ ਕਿਹਾ ਜਾ ਕੇ ਕਿ ਜੀ ਤੁਸੀਂ ਵੀ ਬੋਲੋ ਕਿ ਇਹ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਟਾਰਗੇਟਿਡ ਕਿਲਿੰਗਸ ਕਰਦੀਆਂ, ਇਹ ਤਾਂ ਬਹੁਤ ਨਜਾਇਜ਼ ਹੈ, ਇਹ ਤਾਂ ਇਹ ਕਾਨੂੰਨ ਦੇ ਖਿਲਾਫ ਵੀ ਹੈ। ਅਤੇ ਫਿਰ ਇੰਡੀਆ ਦੂਜੇ ਮੁਲਕ ਦੀ ਸੋਵਰੇਨਿਟੀ, ਉਹਦੀ ਬਾਦਸ਼ਾਹੀ ਤੋੜ ਕੇ ਉਹਨਾਂ ਦੇ ਸਿਟੀਜ਼ਨਸ ਨੂੰ ਗੋਲੀ ਦੇ ਨਾਲ ਮਰਵਾ ਰਿਹਾ ਹੈ, ਇਹ ਟਰੂਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ। ਅਤੇ ਅਮੈਰੀਕਨਸ ਨੇ ਵੀ ਇੱਕ ਬੰਦਾ ਫੜ ਲਿਆ ਜਿਸ ਨੇ ਪੈਸੇ ਦਿੱਤੇ ਸੀਗੇ ਅਮੈਰੀਕਨ ਮੈਫੀਆ ਨੂੰ ਜਾਂ ਹੋਰਾਂ ਨੂੰ ਜਿਨ੍ਹਾਂ ਨੇ ਪੰਨੂ ਨੂੰ ਮਾਰ ਦੇਣਾ ਸੀ ਜਾਨੋਂ। ਸੋ ਮੇਰਾ ਮਤਲਬ ਹੈ ਕਿ ਜਦੋਂ ਮੈਂ ਗੱਲ ਪਾਰਲੀਮੈਂਟ 'ਚ ਵੀ ਕੀਤੀ ਹੈ ਸੀਨੀਅਰ ਮੈਂਬਰਸ ਦੇ ਨਾਲ, ਉਹ ਕਹਿੰਦੇ ਹੈ ਜੀ ਕਿ ਅਸੀਂ ਮੰਨਦੇ ਹਾਂ ਕਿ ਤੁਸੀਂ ਗੱਲ ਠੀਕ ਕਰ ਰਹੇ ਹੋ, ਪਰ ਇਹ ਨੈਸ਼ਨਲ ਚੀਜ਼ ਹੈ, ਨੈਸ਼ਨਲ ਚੀਜ਼ ਹੈ, ਅਸੀਂ ਨੇਸ਼ਨ ਦੇ ਖਿਲਾਫ ਗੱਲ ਨਹੀਂ ਕਰ ਸਕਦੇ। ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਸਿੱਖ ਸਿਟੀਜ਼ਨਸ ਆਫ ਇੰਡੀਆ ਹੈਗੇ ਆ ਅੱਜ ਦੀ ਤਰੀਕ ਦੇ ਵਿੱਚ, ਤਾਂ ਫਿਰ ਉਹਨਾਂ ਨੂੰ ਸਰਕਾਰ ਇੱਕ ਪੋਲਿਸੀ ਘੱਟ ਕੇ, ਜੋ ਕਰਕੇ ਜਿਹੜੀ ਰੋ ਹੈ ਫੋਰਨ ਇੰਟੈਲੀਜੈਂਸ ਏਜੰਸੀ, ਉਹਦੇ ਥਰੂ ਇਹ ਕਤਲ ਕੀਤੇ ਗਏ ਹੈ, ਉਹ ਪ੍ਰਾਈਮ ਮਿਨਿਸਟਰ ਨੂੰ ਰਿਪੋਰਟ ਕਰਦੀ ਹੈ ਡਾਇਰੈਕਟਲੀ। ਅਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜਾ ਹੈਗਾ ਡੋਇਲ, ਉਹ ਵੀ ਇੰਚਾਰਜ ਹੈ। ਸਾਡਾ ਹੋਮ ਮਿਨਿਸਟਰ ਸ਼ਾਹ ਜੀ ਵੀ ਇੰਚਾਰਜ ਨੇ ਇਸ ਪੋਲਿਸੀ ਦੇ। ਫਿਰ ਇਹ ਜਿਹੜੀ ਪੋਲਿਸੀ ਹੈ ਸਿੱਖਾਂ ਨੂੰ ਬਾਹਰ ਮਾਰਨ ਦੀ ਅਤੇ ਅੰਦਰ ਵੀ ਮਾਰਨ ਦੀ, ਇਸ ਨੂੰ ਫਿਰ ਦੁਹਰਾਇਆ ਜਾ ਰਿਹਾ। ਜੈ ਸ਼ੰਕਰ ਜੀ ਨੇ ਫਿਰ ਕਿਹਾ ਕਿ ਜੇ ਕੋਈ ਇਹੋ ਜਿਹਾ ਕੰਮ ਕਰੂਗਾ ਸਾਡਾ ਰਾਈਟ ਹੈ ਕਿ ਅਸੀਂ ਉਸ ਨੂੰ ਕਿਸੇ ਵੀ ਮੁਲਕ ਦੇ ਵਿੱਚ ਮਰਵਾ ਸਕੀਏ। ਮੈਂ ਕਹਿੰਦਾ ਠੀਕ ਹੋ ਸਕਦਾ ਜੈ ਸ਼ੰਕਰ ਜੀ, ਫਿਰ ਜੇ ਇਹ ਗੱਲ ਠੀਕ ਹੈ ਫਿਰ ਤੁਸੀਂ ਡਰਦੇ ਕਿਉਂ ਹੋ? ਤੁਹਾਡੇ 'ਤੇ ਜ਼ੈੱਡ ਸਿਕਿਉਰਿਟੀ ਉਦੋਂ ਹੀ ਲੱਗੀ ਜਦੋਂ ਟਰੂਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਸਿੱਖਾਂ ਨੂੰ ਇੰਡੀਆ ਦੀਆਂ ਏਜੰਸੀਆਂ ਇੱਥੇ ਆ ਕੇ ਕਤਲ ਕਰ ਰਹੀਆਂ। ਫਿਰ ਨੇ ਡਰ ਤਾਂ ਜੈ ਸ਼ੰਕਰ ਜੀ ਨੂੰ ਹੋਣਾ ਚਾਹੀਦਾ, ਜ਼ੈੱਡ ਸਿਕਿਉਰਿਟੀ ਦੀ ਤਾਂ ਕੀ ਮਤਲਬ ਹੈ? ਨਾਲੇ ਡਰੀ ਜਾਣਾ, ਨਾਲੇ ਫਿਰ ਕਹਿਣਾ ਕਿ ਸਿੱਖ ਅਤੇ ਦੂਸਰੇ ਬੰਦੇ ਜਿਹੜੇ ਦੇਸ਼ ਦੇ ਖਿਲਾਫ ਗੱਲ ਕਰਦੇ ਹੈ ਉਹਨਾਂ ਨੂੰ ਮਾਰਨਾ ਜਾਇਜ਼ ਹੈ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਜੀ, ਇਹ ਸਾਡੀ ਸਮਝ ਤੋਂ ਬਾਹਰ ਨੇ। ਅਤੇ ਨਾਲੇ ਜਿਹੜਾ ਸਾਡਾ ਕਾਨੂੰਨ ਹੈ ਉਹ ਕਹਿੰਦਾ ਕਿ ਜਿਹੜਾ ਵੀ ਬੰਦਾ ਜਿਹਦੇ ਨਾਲ ਇੰਡੀਆ ਦੇ ਚੰਗੇ ਰਿਲੇਸ਼ਨਸ ਹੋਣ ਕੰਟਰੀ ਦੇ ਨਾਲ, ਉਸ ਨੂੰ ਤੋੜਨ ਦੀ ਕੋਸ਼ਿਸ਼ ਕਰੂਗਾ ਉਹ NSA ਦੇ ਵਿੱਚ ਜੁਰਮ ਹੈ। ਜੇ ਜੁਰਮ ਹੈ ਤਾਂ ਇਹ ਜੁਰਮ ਦੇ ਥੱਲੇ ਪ੍ਰਾਈਮ ਮਿਨਿਸਟਰ ਸਾਹਿਬ ਵੀ ਆਉਂਦੇ ਹੈ, ਜੈ ਸ਼ੰਕਰ ਜੀ ਵੀ ਆਉਂਦੇ ਹੈ, ਡੋਇਲ ਸਾਹਿਬ ਵੀ ਆਉਂਦੇ ਹੈ, ਅਤੇ ਇਹ ਆ ਸ਼ੰਕਰ ਜੀ ਵੀ, ਜੈ ਸ਼ੰਕਰ ਜੀ ਵੀ ਆਉਂਦੇ ਹੈ। ਫਿਰ ਇਹਨਾਂ ਦੇ ਉੱਤੇ ਤਾਂ ਫੌਜਦਾਰੀ ਦਾ ਪਰਚਾ ਹੋਣਾ ਚਾਹੀਦਾ ਕਿ ਇਹਨਾਂ ਨੇ ਇੰਡੀਆ ਦੇ ਨਾਲ ਜਿਹੜੇ ਚੰਗੇ ਰਿਲੇਸ਼ਨਸ ਨੇ ਕੈਨੇਡਾ ਦੇ,
ਪਾਕਿਸਤਾਨ ਦੇ ਅਤੇ ਅਮੈਰੀਕਾ ਦੇ ਉਹਨਾਂ ਦੇ ਵਿੱਚ ਸਿੱਖਾਂ ਨੂੰ ਮਾਰਨ ਦੀ ਅਤੇ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਇਹ ਸਾਰੀਆਂ ਚੀਜ਼ਾਂ ਪ੍ਰੈਸ ਨੂੰ ਦੇਖਣੀਆਂ ਚਾਹੀਦੀਆਂ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਕਹਿੰਦਾ ਕਿ ਧਰਮ ਦਾ ਮੁੱਦਾ ਇਲੈਕਸ਼ਨਾਂ ਦੇ ਵਿੱਚ ਨਹੀਂ ਬਣਾਉਣਾ, ਅਤੇ ਮੋਦੀ ਸਾਹਿਬ ਨੇ ਪੂਰੀ ਤਰ੍ਹਾਂ ਇਸ ਨੂੰ ਰਗੜ ਕੇ ਰੱਖ ਦਿੱਤਾ। ਇਹ ਵੀ ਇੱਕ ਮੁੱਦਾ ਹੈਗਾ ਕਿ ਜਿਵੇਂ ਬਾਲਾਕੋਟ ਦੇ ਵਿੱਚ 2019 ਤੋਂ ਪਹਿਲਾਂ ਏਅਰਫੋਰਸ ਦੀਆਂ ਸਟ੍ਰਾਈਕਸ ਕੀਤੀਆਂ ਸੀਗੀਆਂ ਪਾਕਿਸਤਾਨ ਦੇ ਖਿਲਾਫ ਕਿ ਸਿੱਖਾਂ ਨੂੰ ਬਾਹਰ ਦੇ ਮੁਲਕਾਂ 'ਚ ਮਰਵਾ ਕੇ ਇਹ ਹਿੰਦੁੱਤਵਾਂ ਨੂੰ ਦਿਖਾਉਣਾ ਚਾਹੁੰਦੇ ਹੈ ਕਿ ਅਸੀਂ ਸਿੱਖਾਂ ਨੂੰ ਵੀ ਨਹੀਂ ਛੱਡਣਾ ਹੋ। ਅਤੇ ਇਹ ਸਾਰੀ ਚੀਜ਼ ਜਿਹੜੀ ਹੈਗੀ ਹੈ ਪ੍ਰੈਸ ਦੇ ਅੱਗੇ ਕਦੇ ਕੋਈ ਲੈ ਕੇ ਨਹੀਂ ਆਇਆ। ਕੋਈ ਵੀ ਆਦਮੀ ਜਿਹੜਾ ਪਾਰਲੀਮੈਂਟ ਦੇ ਵਿੱਚ ਜਾਂਦਾ, ਸਿੱਖ ਜਾਂਦਾ ਜਾਂ ਹੋਰ ਪੰਜਾਬੀ ਜਾਂਦਾ, ਇਹ ਮੁੱਦੇ ਨੂੰ ਛੂੰਹਦਾ ਨਹੀਂ। ਇੱਕ ਦਿਨ ਫਾਰੂਕ ਅਬਦੁੱਲਾ ਸਾਹਿਬ ਜਿਹੜੇ ਕਸ਼ਮੀਰ ਤੋਂ ਮੈਂਬਰ ਪਾਰਲੀਮੈਂਟ ਹੈ, ਉਹਨਾਂ ਨੇ ਮੈਨੂੰ ਆ ਕੇ ਦੱਸਿਆ ਕਿ ਫਲਾਣਾ ਬੰਦਾ ਕੈਨੇਡਾ ਦੇ ਵਿੱਚ ਇੱਕ ਹੋਰ ਮਾਰ ਦਿੱਤਾ। ਅਤੇ ਕੁਦਰਤੀ ਮੈਂ ਬਾਹਰ ਪਾਰਲੀਮੈਂਟ ਦਾ ਜਿਹੜਾ ਹਾਲ ਹੈ ਉੱਥੇ ਗਿਆ, ਅਤੇ ਉੱਥੇ ਸਰਦਾਰ ਸੁਖਬੀਰ ਸਿੰਘ ਮੈਂਬਰ ਪਾਰਲੀਮੈਂਟ ਸੀਗੇ ਅਤੇ ਬੀਬੀ ਹਰਸਿਮਰਤ ਕੌਰ ਮੈਂਬਰ ਪਾਰਲੀਮੈਂਟ ਸੀਗੇ। ਮੈਂ ਉਹਨਾਂ ਨੂੰ ਕਿਹਾ ਕਿ ਦੇਖੋ ਇਹ ਬੜਾ ਸੀਰੀਅਸ ਮਸਲਾ ਹੈਗਾ ਅਤੇ ਆਪਾਂ ਇਸ ਨੂੰ ਪਾਰਲੀਮੈਂਟ ਦੇ ਵਿੱਚ ਤੁਸੀਂ ਵੀ ਅਕਾਲੀ ਹੋ, ਮੈਂ ਵੀ ਅਕਾਲੀ ਹੈ, ਅਤੇ ਸਿੱਖਾਂ ਦਾ ਮੁੱਦਾ ਹੈਗਾ ਇਹ ਆਪਾਂ ਪਾਰਲੀਮੈਂਟ ਦੇ ਵਿੱਚ ਉਠਾਈਏ। ਅਤੇ ਸਰਦਾਰ ਸੁਖਬੀਰ ਸਿੰਘ ਨੇ ਕਿਹਾ ਕਿ ਬਿਲਕੁਲ ਅਸੀਂ ਉਠਾਉਂਦੇ ਹਾਂ ਅਤੇ ਅਸੀਂ ਪਾਰਲੀਮੈਂਟ 'ਚ ਜਾਂਦੇ ਹਾਂ ਅਤੇ ਤੁਸੀਂ ਸਾਡੇ ਪਿੱਛੇ ਪਿੱਛੇ 2 ਮਿੰਟ ਬਾਅਦ ਆ ਜਾਓ। ਇਹ ਦੋਨੋਂ ਆਪਣੀ ਕੁਰਸੀ 'ਤੇ ਜਾ ਕੇ ਬੈਠ ਗਏ, ਮੈਂ ਆਪਣੀ ਜਗ੍ਹਾ 'ਤੇ ਜਾ ਕੇ ਬੈਠ ਗਿਆ ਅਤੇ ਇੱਕਦਮ ਇਹ ਸਪੀਕਰ ਦਾ ਜਿਹੜਾ ਡਾਇਸ ਹੈ ਉਹਦੇ ਪਿੱਛੇ ਦਰਵਾਜ਼ਾ ਹੈ ਜਿੱਥੋਂ ਸਪੀਕਰ ਆਪਣੇ ਕਮਰੇ 'ਚ ਜਾਂਦਾ, ਇਹ ਦੋਨੋਂ ਉਹਦੇ ਵਿੱਚ ਵੜ ਗਏ। ਸਰਦਾਰ ਅਮਰ ਸਿੰਘ ਜਿਹੜੇ ਇਹ ਫਤਿਹਗੜ੍ਹ ਸਾਹਿਬ ਤੋਂ MP ਹੈ ਕਾਂਗਰਸ ਦੇ, ਉਹਨਾਂ ਨੂੰ ਮੈਂ ਪੁੱਛਿਆ ਕਿ ਇਹ ਸਪੀਕਰ ਦੇ ਕਮਰੇ ਦੇ ਵਿੱਚ ਬਾਹਰ ਜਾਣ ਨੂੰ ਵੀ ਦਰਵਾਜ਼ਾ ਹੈਗਾ? ਉਹ ਕਹਿੰਦੇ ਹਾਂਜੀ। ਅਤੇ ਮੈਂ ਉੱਥੇ ਘੰਟਾ ਉਡੀਕਦਾ ਰਿਹਾ ਕਿ ਸਰਦਾਰ ਸੁਖਬੀਰ ਸਿੰਘ ਅਤੇ ਬੀਬੀ ਹਰਸਿਮਰਤ ਕੌਰ ਜਿਵੇਂ ਉਹਨਾਂ ਨੇ ਵਾਅਦਾ ਕੀਤਾ ਆ ਕੇ ਇਹ ਗੱਲ ਚੱਕਣਗੇ, ਪਰ ਇਹ ਤਾਂ ਖਿਸਕ ਗਏ। ਬਾਕੀ ਦੇ ਵੀ ਮੈਂਬਰ ਸੀਨੀਅਰਸ ਨੂੰ ਮੈਂ ਕਿਹਾ, ਉਹ ਕਹਿੰਦੇ ਕਿ ਇਹ ਤਾਂ ਨੈਸ਼ਨਲ ਮੁੱਦਾ, ਇਹਦੇ ਉੱਤੇ ਅਸੀਂ ਕਿਵੇਂ ਬੋਲ ਸਕਦੇ? ਇਹਦਾ ਮਤਲਬ ਹੈ ਕਿ ਜਿੱਥੇ ਸਿੱਖਾਂ ਨੂੰ ਮਾਰਨਾ ਉਹਦੇ ਲਈ ਹਿੰਦੁੱਤਵਾਂ ਦਾ ਇਹ ਨੈਸ਼ਨਲ ਇਸ਼ੂ ਹੋ ਗਿਆ ਕਿ ਅਸੀਂ ਤੁਹਾਡੀ ਗੱਲ ਕਰ ਨਹੀਂ ਸਕਦੇ। ਬੇਸ਼ੱਕ ਇਹ ਜੁਰਮ ਹੈ, ਫੌਜਦਾਰੀ ਹੈ, ਅਤੇ ਸਿੱਖਾਂ ਨੂੰ ਇੱਕ ਪੋਲਿਸੀ ਦੇ ਤਹਿਤ ਬਾਹਰ ਦੇ ਮੁਲਕਾਂ ਦੇ ਵਿੱਚ ਕਤਲ ਕੀਤਾ ਜਾ ਰਿਹਾ ਹੈਗਾ। ਹੁਣ ਕਿਸਾਨਾਂ ਦਾ ਮਸਲਾ ਹੈਗਾ, ਹੁਣ ਉੱਥੇ ਬੈਰੀਅਰ ਲਾ ਦਿੱਤੇ ਹੈਗੇ, ਇੱਕ ਨਵਾਂ ਫਰੰਟੀਅਰ ਬਣਾ ਦਿੱਤਾ, ਜਿਵੇਂ ਤਾਰ ਲੱਗੀ ਹੈਗੀ ਹੈ ਪਾਕਿਸਤਾਨ ਦੇ ਬਾਰਡਰ ਦੇ ਉੱਤੇ, ਅਤੇ ਰਾਜਪੁਰੇ ਫਿਰ ਇੱਧਰਲੇ ਪਾਸੇ ਖਨੌਰੀ ਉੱਥੇ ਵੀ ਵੱਡੇ ਵੱਡੇ ਪੱਥਰ ਬੋਲਡਰਸ ਰੱਖ ਦਿੱਤੇ ਹੈ ਕਿ ਜਿਹੜੇ ਆਪਣੇ ਕਾਸ਼ਤਕਾਰ ਹੈਗੇ ਹੈ, ਜਿਹੜੇ ਇਹ ਜ਼ਿਮੀਂਦਾਰ ਹੈ, ਉਹ ਦਿੱਲੀ ਜਾ ਕੇ ਜਿਹੜਾ ਉਹਨਾਂ ਦਾ ਸੰਵਿਧਾਨਕ ਹੱਕ ਹੈ ਪੀਸਫੁਲ, ਉਹ ਉੱਥੇ ਜਾ ਕੇ
ਮੁਜ਼ਾਹਰਾ ਵੀ ਨਹੀਂ ਕਰ ਸਕਦੇ। ਇਹਦਾ ਮਤਲਬ ਹੈ ਕਿ ਉਹਨਾਂ ਨੂੰ ਉੱਥੇ ਗੋਲੀ ਨਾਲ ਮਾਰਿਆ ਗਿਆ ਅਤੇ ਜਿਹੜੀ ਆਰ ਐੱਸ ਐੱਸ ਦੀ ਨਵੀਂ ਭਰਤੀ ਆ ਉਹਦੇ ਵਿੱਚ ਮਿਲਟਰੀ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ। ਅਤੇ ਜਦੋਂ ਫਾਇਰਿੰਗ ਹੋਈ ਹੈ ਸ਼ੰਭੂ ਅਤੇ ਖਨੌਰੀ ਉਹਦੀ ਆੜ ਦੇ ਵਿੱਚ ਹਰਿਆਣਾ ਪੁਲਿਸ ਦੀ ਫਾਇਰਿੰਗ ਦੇ ਵਿੱਚ ਇਹ ਆਰ ਐੱਸ ਐੱਸ ਦੇ ਬੰਦੇ ਅੰਦਰ ਕਿਸਾਨਾਂ ਵੱਲ ਘੁੱਸ ਗਏ ਹੈ ਅਤੇ ਉਹਨਾਂ ਦੇ ਟਰੈਕਟਰਾਂ ਦੇ ਇੰਜਨਾਂ ਦੇ ਵਿੱਚ ਖੰਡ ਪਾਤੀ ਹੈ ਜਿਹਦੇ ਨਾਲ ਸਾਰੇ ਟਰੈਕਟਰ ਬੇਕਾਰ ਹੋ ਗਏ ਹੈ ਅਤੇ ਉੱਥੇ ਹੋਰ ਵੀ ਜਾ ਕੇ ਇਹਨਾਂ ਨੇ ਮਿਸਚੀਫ ਕੀਤੀ ਹੈ। ਸੋ ਇਹਦਾ ਮਤਲਬ ਹੈ ਕਿ ਬੀ ਜੇ ਪੀ ਅਤੇ ਆਰ ਐੱਸ ਐੱਸ ਇੱਕ ਆਪਣਾ ਮਿਲਟਰੀ ਵਿੰਗ ਬਣਾ ਰਹੇ ਹੈ ਜਿਵੇਂ ਹਿਟਲਰ ਦਾ ਐੱਸ ਐੱਸ ਮਿਲਟਰੀ ਵਿੰਗ ਹੁੰਦਾ ਸੀਗਾ। ਇਹ ਸਾਰੀ ਚੀਜ਼ ਨਾਰਸੀ ਜਰਮਨ ਵਰਗਣ ਇਹ ਲਗਾਤਾਰ ਹੋਈ ਜਾਂਦੀ ਹੈ ਅਤੇ ਓਪੋਜੀਸ਼ਨ ਦੇ ਜਿੰਨੇ ਵੀ ਲੀਡਰਸ ਨੇ ਉਹ ਕਹਿੰਦੇ ਆ ਕਿ ਜੇ ਮੋਦੀ ਅਤੇ ਬੀ ਜੇ ਪੀ ਜਿੱਤ ਗਏ ਫਿਰ ਇਹਨਾਂ ਨੇ ਸੰਵਿਧਾਨ ਨੂੰ ਚੇਂਜ ਕਰ ਦੇਣਾ ਹੈਗਾ। ਸੋ ਇਸ ਡਰਾਬੇ ਦੇ ਵਿੱਚ ਇਸ ਡਰ ਦੇ ਵਿੱਚ ਸਾਰਾ ਮੁਲਕ ਹੁਣ ਇਲੈਕਸ਼ਨਾਂ ਦੇ ਵਿੱਚ ਜਾ ਰਿਹਾ ਅਤੇ ਸਾਡੇ ਇਲੈਕਸ਼ਨ ਦੇ ਰਿਜ਼ਲਟ 4 ਜੂਨ ਨੂੰ ਆਉਣਗੇ। ਜਦੋਂ 6 ਜੂਨ ਨੂੰ ਹਿੰਦੁਤਵਾ ਨੇ ਮਿਲਟਰੀ ਅਟੈਕ ਸਾਡੇ ਧਾਰਮਿਕ ਸਥਾਨ ਦਰਬਾਰ ਸਾਹਿਬ ਦੇ ਉੱਤੇ ਕੀਤੇ ਸੀਗੇ। ਸੋ ਸਾਡੀ ਪਾਰਟੀ ਵੱਲੋਂ ਅਸੀਂ ਬਹੁਤ ਫਖਰ ਦੇ ਨਾਲ ਕਹਿੰਦੇ ਹਾਂ ਕਿ ਸਾਡਾ ਲੱਖਾ ਸਿੰਘ ਸਦਾਨਾ ਇਹ ਬਠਿੰਡੇ ਤੋਂ ਇਸ ਸੀਟ ਦੇ ਉੱਤੇ ਉਮੀਦਵਾਰ ਹੈਗੇ ਹੈ ਅਤੇ ਬਾਕੀ ਫਤਿਹਗੜ੍ਹ ਸਾਹਿਬ ਦਾ ਅਤੇ ਚੰਡੀਗੜ੍ਹ ਦਾ ਅਤੇ ਜਲੰਧਰ ਅਤੇ ਹਰਿਆਣੇ ਦਾ ਰਹਿ ਗਿਆ ਉਹ ਵੀ ਅਸੀਂ ਛੇਤੀ ਤੋਂ ਛੇਤੀ ਅਨਾਊਂਸ ਕਰ ਦੇਣਾ। ਅੱਜ ਅਸੀਂ ਬਠਿੰਡੇ ਦਾ ਇੱਥੇ ਅਨਾਊਂਸ ਕਰਨ ਆਏ ਹਾਂ ਅਤੇ ਇਹ ਸਾਡੇ ਉਮੀਦਵਾਰ ਹੈਗੇ ਆ ਅਤੇ ਹਰਜਿੰਦਰ ਸਿੰਘ ਜੀ ਸਾਡੇ ਮੀਤ ਪ੍ਰਧਾਨ ਹੈ ਮੇਰੇ ਖੱਬੇ ਪਾਸੇ ਬੈਠੇ, ਉੱਥੇ ਸਰਪੰਚ ਸਾਹਿਬ ਹੈ ਉਹਨਾਂ ਦੇ ਖੱਬੇ ਪਾਸੇ ਬੈਠੇ ਅਤੇ ਆਪਣੇ ਬਾਣੀਆਂਵਾਲ ਸਾਹਿਬ ਇੱਥੇ ਬੈਠੇ ਆ, ਅਸੀਂ ਸਾਰੇ ਬੈਠੇ ਹਾਂ ਤੁਹਾਡੀ ਖਿਦਮਤ ਦੇ ਵਿੱਚ। ਅਤੇ ਹੁਣ ਤੁਸੀਂ ਜਿਹੜਾ ਵੀ ਸਵਾਲ ਹੈ ਉਹ ਤੁਸੀਂ ਪੁੱਛ ਸਕਦੇ ਹੋ, ਅਸੀਂ ਬੜੀ ਨਿਮਰਤਾ ਦੇ ਨਾਲ ਅਤੇ ਸੱਚਾਈ ਦੇ ਨਾਲ ਦਵਾਂਗੇ ਜੀ। ਇਹ ਵੀ ਨਹੀਂ ਇਹ ਤੁਹਾਨੂੰ ਟਾਲ ਕੰਟਰੋਲ ਕਰਨਾ, ਕਿਉਂ ਕਰਕੇ ਇਹ ਮੁੱਦਿਆਂ ਦੇ ਉੱਤੇ ਕੋਈ ਵੀ ਸਿੱਖ ਕੋਈ ਵੀ ਪੰਜਾਬੀ ਲੀਡਰ ਅੱਜ ਨਹੀਂ ਬੋਲ ਰਿਹਾ। ਜਿਹੜੀਆਂ ਚੀਜ਼ਾਂ ਮੈਂ ਕਹੀਆਂ ਅਤੇ ਜਿਹੜਾ ਸਾਨੂੰ ਦੁੱਖ ਹੈਗਾ ਪੋਲੀਟੀਕਲ ਕੌਨਸਟੀਟਿਊਸ਼ਨਲ ਲੀਗਲ ਸਪੇਸ ਹੀ ਨਹੀਂ ਰਹਿੰਦੀ ਹੈਗੀ। ਇਸ ਕਰਕੇ ਅਸੀਂ ਸੋਚ ਰਹੇ ਹਾਂ ਕਿ ਸਾਡਾ ਇੱਥੇ ਰਹਿਣਾ ਸਾਨੂੰ ਬਹੁਤ ਗਿਣਤੀ ਹੈ ਨਾਲ ਲੈ ਕੇ ਨਹੀਂ ਚੱਲਦੀ। ਜਿਹੜੀ ਜਮਹੂਰੀਅਤ ਹੁੰਦੀ ਹੈ ਉਹ ਘੱਟ ਗਿਣਤੀ ਨੂੰ ਨਾਲ ਲੈ ਕੇ ਚੱਲਦੀ ਹੈ। ਜਦੋਂ ਘੱਟ ਗਿਣਤੀ ਵੱਧ ਗਿਣਤੀ ਦੇ ਨਾਲ ਚੱਲਣ ਲੱਗ ਜਾਵੇ ਫਿਰ ਉਹ ਘੱਟ ਗਿਣਤੀ ਰਹਿੰਦੀ ਹੋਈ ਨਹੀਂ। ਤਾਂ ਸਾਡੀ ਸਪੇਸ ਸਾਰੇ ਪਾਸਿਓਂ ਖਤਮ ਕੀਤੀ ਗਈ ਹੈ ਸੈਂਟਰ ਨੇ, ਅਤੇ ਅਸੀਂ ਸਪੇਸ ਮੰਗਦੇ ਹਾਂ, ਥਾਂ ਮੰਗਦੇ ਹਾਂ ਕਿ ਸਾਡੀ ਸਪੇਸ ਇੰਡੀਆ ਦੇ ਵਿੱਚ ਕੌਨਸਟੀਟਿਊਸ਼ਨ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਕੀ ਹੈ। ਇਹ ਸਵਾਲ ਹੈ ਸਾਡਾ ਕਿ ਸਾਡੀ ਸਪੇਸ ਕਿੱਥੇ ਰਹਿ ਗਈ ਹੈ, ਅਸੀਂ ਕਿੱਥੇ ਗੱਲ ਕਰੀਏ, ਕੀ ਕਰੀਏ। ਅਸੀਂ ਬਾਰਡਰ ਖੋਲ੍ਹਣਾ ਚਾਹੁੰਦੇ ਹਾਂ, ਸਾਡੇ ਕੋਲ ਪਾਵਰ ਹੈ ਨਹੀਂ। ਅਸੀਂ ਗਰੀਬਾਂ ਨੂੰ ਉੱਤੇ ਚੱਕਣਾ ਚਾਹੁੰਦੇ ਹਾਂ, ਸਾਡੇ ਕੋਲ ਪਾਵਰ ਹੈ ਨਹੀਂ। ਖੇਤੀ ਕਰਨਾ ਚਾਹੁੰਦੇ ਹਾਂ, ਸਾਡੇ ਕਿਸਾਨ ਬਾਰਡਰਾਂ ਦੇ ਉੱਤੇ
ਗੋਲੀਆਂ ਖਾ ਰਹੇ ਹੈ। ਮੇਰਾ ਮਤਲਬ ਕਿਹੜੇ ਪਾਸੇ ਜਾਈਏ ਜਿੱਥੇ ਸਾਨੂੰ ਸਪੇਸ ਮਿਲੇ। ਸਿੱਖਾਂ ਦੇ ਕੋਲ ਅੱਜ ਇੰਡੀਆ ਦੇ ਵਿੱਚ ਸਪੇਸ ਹੈ ਨਹੀਂ ਗੀ, ਗੱਲ ਇੱਥੇ ਰਹਿ ਗਈ ਹੈ। ਹੋਰ ਦੱਸੋ, ਜੇ ਸਪੇਸ ਹੈਗੀ ਹੈ ਤਾਂ ਤੁਸੀਂ ਮੈਨੂੰ ਦੱਸ ਦਿਓ ਕਿ ਇੱਥੇ ਸਪੇਸ ਹੈਗੀ ਹੈ, ਇਸ ਇੱਥੇ ਤੁਸੀਂ ਚਲੇ ਜਾਓ, ਸਾਡੀ ਸਪੇਸ ਹੀ ਨਹੀਂ ਰਹੀ। ਮੈਂ ਤੁਹਾਨੂੰ ਦੱਸਦਾ ਕਿ ਸਾਡੇ ਨਾਲ ਕੋਈ ਗੱਲ ਕਰਨ ਨੂੰ ਤਿਆਰ ਨਹੀਂ। ਜਿਹੜੇ ਸਿੱਖਾਂ ਨੂੰ ਮਾਰਿਆ ਜਾ ਰਿਹਾ ਉਹਦੀ ਸਪੋਰਟ ਹੀ ਹੈ ਨਹੀਂ ਗੀ ਕਿਸੇ ਪਾਸੇ। ਸਾਡੇ ਜਿਹੜੇ ਇਸ਼ੂਜ਼ ਨੇ ਉਹਦੇ 'ਤੇ ਕੋਈ ਵੀ ਇਹ ਇੰਡੀਆ ਦੀ ਪਾਰਟੀ ਸਾਨੂੰ ਸਪੋਰਟ ਹੀ ਨਹੀਂ ਕਰਦੀ। ਉਹ ਤਾਂ ਪਾਰਲੀਮੈਂਟ ਦੇ ਵਿੱਚ ਡਰਦੇ ਆ ਕਿ ਇਹ ਜੇ ਅਸੀਂ ਕਹਿਤਾ ਤਾਂ ਅਸੀਂ ਤਾਂ ਕੌਮੀਅਤ ਅਤੇ ਨੈਸ਼ਨੈਲਿਟੀ ਦੇ ਖਿਲਾਫ਼ ਗੱਲ ਕਰਾਂਗੇ। ਜੇ ਸਿੱਖਾਂ ਦੀ ਗੱਲ ਕੀਤੀ, ਉਹਨਾਂ ਨੂੰ ਬਾਹਰ ਦੇ ਦੇਸ਼ਾਂ ਦੇ ਵਿੱਚ ਬਤੌਰ ਪੋਲਿਸੀ BJP ਦੀ ਮਾਰਿਆ ਜਾ ਰਿਹਾ, ਅਤੇ ਜੇ ਉਹਦੇ ਖਿਲਾਫ਼ ਅਸੀਂ ਗੱਲ ਕਰਾਂਗੇ ਤਾਂ ਇਹ ਅਸੀਂ ਕੌਮੀਅਤ ਅਤੇ ਨੈਸ਼ਨੈਲਿਟੀ ਤੋਂ ਦੂਰ ਚਲੇ ਜਾਵਾਂਗੇ। ਹੁਣ ਤੁਸੀਂ ਦੱਸੋ ਕਿਹਦੇ ਨਾਲ ਅਸੀਂ ਕਰੀਏ। MP ਤੋਂ ਬਣ ਕੇ ਇੱਥੇ ਬੈਠਾ ਹੈਗਾ ਜੀ, 4 ਤਰੀਕ ਤੱਕ ਉਡੀਕ ਲਓ, ਦੇਖ ਲਓ ਕਿਵੇਂ ਰਿਜ਼ਲਟ ਆਉਂਦੇ ਆ। ਹੋਰ ਕਿਸੇ ਪਾਰਟੀ ਨੇ ਤਾਂ ਕੈਂਡੀਡੇਟ ਹੀ ਨਹੀਂ ਖੜੇ ਕੀਤੇ, ਡਰਦੇ ਨੇ। ਸਿਰਫ ਆਪਣੀ ਪਾਰਟੀ ਖੜੀ ਕਰ ਰਹੀ ਹੈ, ਕਿਉਂ ਕਰਕੇ ਉੱਥੇ ਲੋਕਾਂ ਦੀ ਡਿਮਾਂਡ ਹੈ ਕਿ ਅਕਾਲੀ ਦਲ ਅੰਮ੍ਰਿਤਸਰ ਦੇ ਕੋਲ ਸਿਰਫ ਇਹ ਸਾਰੇ ਸਵਾਲ ਹੈਗੇ ਹੈ, ਸਾਰਾ ਇਹ ਜੋ ਕੁਛ ਹੋ ਰਿਹਾ ਇਹ ਉਹਦੇ ਖਿਲਾਫ਼ ਹੈਗੇ ਹੈ, ਅਤੇ ਸਾਡੀ ਪਾਰਟੀ ਦੀ ਸਪੋਰਟ ਸਾਰੇ ਪਾਸੇ ਹੈਗੀ ਹੈ ਜਿੱਥੇ ਸਾਡੇ ਕੈਂਡੀਡੇਟਸ ਖੜ੍ਹ ਗਏ। ਮੇਰੀ ਕੋਈ ਲੱਤ ਟੁੱਟੀ ਹੈ ਜਿਹੜੇ ਭਾਂਡੀ ਲੜਦੇ? ਇਹ ਮੇਰਾ ਮਤਲਬ ਹੈ ਕਿ ਜਿਹੜਾ ਸਿਆਸਤਦਾਨ ਹੈ ਉਹ ਜਿਹੜਾ ਇਲੈਕਸ਼ਨਾਂ ਤੋਂ ਭਗੌੜਾ ਹੋ ਜਾਂਦਾ ਫਿਰ ਉਹ ਜਮਹੂਰੀਅਤ ਪਸੰਦ ਤਾਂ ਨਹੀਂ ਨਾ ਹੁੰਦਾ। ਨਾ ਜੇ ਤੁਸੀਂ ਲੇਖਾਕਾਰ ਹੈਗੇ ਹੋ, ਜਰਨਲਿਸਟ ਹੋ, ਜੇ ਮੈਂ ਤੁਹਾਨੂੰ ਪੁੱਛਾਂ ਕਿ ਤੁਸੀਂ ਲਿਖਿਆ ਕਰੋਗੇ, ਤੁਹਾਨੂੰ ਅਜੀਬ ਨਹੀਂ ਲੱਗੂਗਾ, ਹੈ ਨਾ? ਹਾਂ, ਹੁਣ ਜੇ ਮੈਂ ਸਿਆਸੀ ਬੰਦਾ, ਪੋਲੀਟੀਸ਼ਨ ਹੈ, ਸਿਟਿੰਗ MP ਹੈ, ਤਾਂ ਇਹ ਤਾਂ ਮੈਂ ਤਾਂ ਲੜੂੰਗਾ ਹੀ ਸੰਗਰੂਰ ਤੋਂ। ਨਾ ਫਿਰ ਇਹ ਉਹ ਡਰਦੇ ਆ, ਨਹੀਂ ਆਉਂਦੇ ਮੈਦਾਨ ਚ ਅਜੇ। ਹਾਲੇ ਉਹ ਹਾਲੇ ਨਾ ਅਸਲ ਸੈਟਿੰਗਾਂ ਸੂਟਿੰਗਾਂ ਕਰਕੇ ਆਉਣਗੇ। ਦੇਖੋ ਹਾਲੇ ਇਹਨਾਂ ਦੀ ਆਸ ਮਿੰਦਰ ਖਾਤੇ ਸੈਟਿੰਗਾਂ ਸੂਟਿੰਗਾਂ ਹੋਣਗੀਆਂ। ਕਿਹੜੇ ਬੰਦੇ ਨੇ ਹੁਣ ਜਿਵੇਂ ਬੜਾ ਰੌਲਾ ਪੈ ਰਿਹਾ ਕਿ ਮਲੂਕਾ ਸਾਹਿਬ ਦੀ ਨੂੰਹ ਚਲੀ ਗਈ BJP 'ਚ, ਮੁੰਡਾ ਚਲਿਆ ਗਿਆ, ਹੈ ਤਾਂ ਸੈਟਿੰਗ ਨਾਲ ਹੀ ਗਿਆ। ਵੀ ਜੇ ਕੋਈ ਹੋਰ ਬੰਦਾ ਇੱਥੇ ਮੰਨ ਲਓ ਆ ਜਾਂਦਾ, ਸ਼ਾਇਦ ਉਹ ਉੱਨੀ ਨਾ ਮੰਨੇ, ਇਹਨਾਂ ਦੀ ਪਰਿਵਾਰਾਂ ਦੀ ਨੇੜਤਾ ਹੈਗੀ ਆ, ਉੱਤੋਂ ਕੁਛ ਹੋਰ ਹੈ। ਹੁਣ ਕਿਸਾਨਾਂ ਤੋਂ ਡਰਦਿਆਂ ਨੇ ਗੱਠਜੋੜ ਨਹੀਂ ਕੀਤਾ BJP ਨਾਲ, ਵੀ ਪਿੰਡਾਂ 'ਚ ਨਹੀਂ ਵੜਨ ਦੇਣਾ, ਅੰਦਰੋਂ ਇਕੱਠੀ ਨੇ, ਉੱਤੋਂ ਲੋਕ ਦਿਖਾਵਾ ਟੁੱਟੇ ਹੋਏ ਨੇ, ਆ ਵੋਟਾਂ ਤੋਂ ਮਗਰ ਹੋ ਜਾਣਗੇ। ਹੁਣ ਤੁਸੀਂ ਦੇਖੋਗੇ ਵੀ ਜਿੱਥੇ BJP ਬੰਦਾ ਕਮਜ਼ੋਰ ਦਊ, ਜਿੱਥੇ ਅਕਾਲੀ ਦਲ ਬਾਦਲ ਦਾ ਬੰਦਾ ਮਜ਼ਬੂਤ ਹੋ, ਜਿੱਥੇ ਉਹਨਾਂ ਦਾ ਬੰਦਾ ਮਜ਼ਬੂਤ ਹੋਏ ਕਮਜ਼ੋਰ ਦੇ ਦੇਣਗੇ। ਆਉਣਗੇ ਤਾਂ ਸੈਟਿੰਗਾਂ ਨਾਲ ਹੀ।
ਬੜੇ ਲੋਕਾਂ ਨੂੰ ਸਮਝਣ ਦੀ ਲੋੜ ਆ ਗੱਲ ਕਿ ਯਾਰ ਵੀ ਅਸਲ ਦੇ ਵਿੱਚ ਇਹ ਪਹਿਲਾਂ ਵੀ ਇਹ ਕੁਛ ਕਰਦੇ ਰਹੇ, ਕਦੇ ਗੱਠਜੋੜ ਟੁੱਟ ਗਿਆ, ਪਹਿਲਾਂ ਇਹੀ ਕਾਨੂੰਨ ਸੀ ਜਿਹੜੇ ਕਾਨੂੰਨਾਂ ਨੂੰ ਲੈ ਕੇ ਅੱਜ ਅਸੀਂ ਸ਼ੰਭੂ ਜਾਂ ਖਨੌਰੀ ਦੇ ਬੈਠੇ ਹਾਂ ਅਤੇ ਬੀਜੇਪੀ ਵਾਲੇ ਗੋਲੀਆਂ ਮਾਰ ਕੇ ਸਾਡੇ ਮੁੰਡੇ ਮਾਰ ਰਹੇ ਆ, ਇਹੀ ਕਾਲੇ ਕਾਨੂੰਨ 2020 ਦੇ ਵਿੱਚ ਬੀਬਾ ਹਰਸਿਮਰਤ ਨੇ ਵੀ, ਪ੍ਰਕਾਸ਼ ਸਿੰਘ ਨੇ ਵੀ, ਸੁਖਵੀਰ ਸਿੰਘ ਨੇ ਵੀ ਕਿਹਾ ਸੀ ਕਿ ਕਾਨੂੰਨ ਚੰਗੇ ਬਹੁਤ ਆ, ਪਤਾ ਲੱਗਾ ਲੋਕਾਂ ਨੇ ਪਿੰਡਾਂ 'ਚ ਨਹੀਂ ਪੜ੍ਹਨ ਦੇਣਾ, ਕਹਿੰਦੇ ਕਾਨੂੰਨ ਮਾਰੇ ਆ, ਗੱਠਜੋੜ ਤੋੜਤਾ, ਅਸਤੀਫਾ ਦੇਤਾ। ਇਸ ਲਈ ਇਹ ਇੱਕ ਥੋੜ੍ਹੀ ਮੈਂ ਗੱਲ ਦਾ ਜਵਾਬ ਦੇਣ ਲੱਗਾ, ਤੁਸੀਂ ਕਿਹਾ ਕਿ ਦੂਜੀਆਂ ਪਾਰਟੀਆਂ, ਪਾਰਟੀਆਂ ਤਾਂ ਵੀਰ ਮੇਰੇ ਤੁਸੀਂ ਇਹ ਦੇਖੋ ਵੀ 13 MP ਜਿਹੜੇ ਜਾਣੇ ਆ 14 ਚੰਡੀਗੜ੍ਹ ਨੂੰ ਲਾ ਕੇ, ਇਹਦਾ ਸਰਕਾਰ ਬਣਨ ਜਾਂ ਨਾ ਬਣਨ 'ਚ ਕੋਈ ਐਡਾ ਵੱਡਾ ਯੋਗਦਾਨ ਨਹੀਂ ਹੋਣਾ, ਜੇ ਕਿਸੇ ਨੂੰ ਬਹੁਮਤ ਮਿਲ ਜਾਂਦਾ ਘੱਟੋ ਘੱਟ ਸਾਡੀ ਆਵਾਜ਼ ਤਾਂ ਉੱਥੇ ਬੁਲੰਦ ਹੋਵੇ ਨਾ, ਉੱਥੇ ਜਿਹੜੀ ਆਵਾਜ਼ ਸਾਡੀ ਬੁਲੰਦ ਹੁੰਦੀ ਹੈ ਸਾਡੇ ਹੱਕਾਂ ਲਈ, ਉਹ ਰਿਕਾਰਡ ਵੀ ਹੁੰਦੀ ਹੈ ਵਕਾਰਾ ਤੌਰ 'ਤੇ, ਉਹ UNO ਤੱਕ ਨੋਟਿਸ ਲਿਆ ਜਾਂਦਾ ਉਹਦਾ ਵੀ ਜੇ ਕੋਈ ਬੰਦਾ ਬੋਲਦਾ ਤਾਂ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਤੁਹਾਡੇ ਰਾਹੀਂ ਕਿ ਇਸ ਵਾਰੀ ਘੱਟੋ ਘੱਟ ਉਹ ਬੰਦੇ ਜ਼ਰੂਰ ਚੁਣ ਕੇ ਭੇਜੋ ਜਿਹੜੀ ਸਾਡੀ ਆਵਾਜ਼ ਠੋਕ ਕੇ ਰੱਖਣਾ ਪੰਜਾਬ ਦੀ, ਸਾਡੇ ਹੱਕਾਂ ਦੀ ਗੱਲ ਕਰ, ਜੋ ਲਗਾਤਾਰ ਕੇਂਦਰ ਸਾਡੇ ਸੂਬਿਆਂ ਦੇ ਹੱਕ ਮਾਰ ਰਿਹਾ, ਲਗਾਤਾਰ ਕੇਂਦਰੀਕਰਨ ਕੀਤਾ ਜਾ ਰਿਹਾ ਸਾਰੀਆਂ ਸ਼ਕਤੀਆਂ ਦਾ, ਉਹਦੇ ਲਈ ਘੱਟੋ ਘੱਟ ਸਾਡੇ ਬੰਦੇ ਉਹ ਚੁਣ ਕੇ ਜ਼ਰੂਰ ਭੇਜੋ ਜਿਹੜੇ ਉੱਥੇ ਇੱਕ ਠੋਕ ਕੇ ਗੱਲ ਕਰ ਸਕਦੇ। ਦੱਸਿਆ ਮਾਨ ਸਾਹਿਬ ਨੇ ਸੁਖਵੀਰ ਸਿੰਘ ਅਤੇ ਬੀਬਾ ਹਰਸਿਮਰਤ ਕਿਵੇਂ ਉਦੋਂ ਪਤਲੀ ਗਲੀ ਲੰਘੇ ਆਪਣੇ ਸਪੀਕਰ ਸਾਹਿਬ ਵਾਲੀ ਮਤਲਬ ਕਿ ਬਾਰੀ ਰਾਹੀਂ। ਇਹ ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਫੈਸਲਾ ਕਰਾਂ, ਸਾਨੂੰ ਜਿਤਾਉਣ ਵਾਲੇ ਲੋਕ ਨੇ, ਅਸੀਂ ਕੁਛ ਨਹੀਂ, ਸਾਨੂੰ ਭੇਜਣ ਵਾਲੇ ਲੋਕ ਨੇ, ਲੋਕ ਕੀ ਕਹਿੰਦੇ ਆ, ਲੋਕਾਂ ਮੁਤਾਬਕ ਫੈਸਲਾ ਲਿਆ ਜਾਣਾ ਚਾਹੀਦਾ। ਕਹਿੰਦੇ ਬਹੁਤ ਨੇ, ਕਹਿੰਦੇ ਬਹੁਤ ਨੇ ਵੀ ਅਸੀਂ ਲੋਕਾਂ ਨੂੰ ਪੁੱਛਾਂਗੇ, ਨਹੀਂ ਅੱਗੇ ਅੱਗੇ ਅਸੀਂ ਤਾਂ ਇਹ ਕਹਿੰਦੇ ਹਾਂ, ਅੱਜ ਅਸੀਂ ਇਹ ਲੋਕਾਂ ਤੋਂ ਵੋਟ ਮੰਗ ਰਹੇ ਹਾਂ ਵੀ ਅਸੀਂ ਪੰਜਾਬ ਦੀ ਗੱਲ ਭਾਈ ਇੱਕ ਠੋਕ ਕੇ ਕਰਾਂਗੇ ਪਾਰਲੀਮੈਂਟ 'ਚ। ਕੱਲ੍ਹ ਨੂੰ ਉੱਥੇ ਜਿਹੜੀ ਕੋਈ ਪੰਜਾਬ ਵਿਰੋਧੀ ਧਿਰ ਹੈ ਸਾਡੇ ਵਰਗਾ ਬੰਦਾ ਉੱਥੇ ਜੁੜ ਜੇ ਜਾ ਕੇ, ਉਹ ਤਾਂ ਨਹੀਂ ਲੋਕ ਕਹਿਣਗੇ ਨਾ, ਜੇ ਇਹੋ ਜਿਹੀ ਸਥਿਤੀ ਹੋ ਗਈ ਅਸੀਂ ਗੱਲ ਕਰਾਂਗੇ ਕਿ ਵਿਦੇਸ਼ੀ ਮਾਮਲਿਆਂ ਦੇ ਵਿੱਚ ਅਤੇ ਰੱਖਿਆ ਦੇ ਸੰਬੰਧ ਦੇ ਵਿੱਚ ਅਤੇ ਗ੍ਰਹਿ ਵਜ਼ਾਰਤ ਦੇ ਵਿੱਚ, ਸੋਸ਼ਲ ਵੈਲਫੇਅਰ ਦੇ ਵਿੱਚ, ਖੇਤੀਬਾੜੀ ਮਹਿਕਮੇ ਦੇ ਵਿੱਚ ਸਾਡੀ ਗੱਲ ਉੱਥੇ ਰੱਖੀ ਜਾਊਗੀ ਕਿ ਨਹੀਂ, ਅਤੇ ਜਿਹੜੀ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਕੈਬਨਿਟ ਬਣੂਗੀ ਉਹਦੇ ਵਿੱਚ ਸਾਨੂੰ ਪਾਇਆ ਜਾਊਗਾ ਕਿ ਨਹੀਂ ਪਾਇਆ ਜਾਊਗਾ, ਅਤੇ ਬਿਲਕੁਲ ਸ਼ਰਤ ਰੱਖ ਕੇ ਅਸੀਂ ਉਹਦੇ ਵਿੱਚ ਸ਼ਾਮਲ ਹੋ ਸਕਾਂਗੇ। ਅਸੀਂ ਜਿੰਨੀਆਂ ਵੀ ਹਮਖਿਆਲੀ ਧਿਰਾਂ ਪਾਰਟੀਆਂ ਨੇ, ਹੋਰ ਵੀ ਸਾਡਾ ਚੱਲ ਰਿਹਾ ਯਤਨ ਕਿ ਜਿਹੜੇ ਸਾਡੀ ਸੋਚ ਦੇ ਵਿਚਾਰਧਾਰਾ ਦੇ ਬੰਦੇ ਹੈਗੇ ਆ ਉਹਨਾਂ ਨਾਲ ਜਿਹੜਾ ਅਸੀਂ ਇਕੱਠੇ ਹੋ ਕੇ ਚੱਲਣਾ। ਅਸੀਂ ਪਹਿਲਾਂ ਤੁਹਾਨੂੰ ਦੱਸ ਚੁੱਕੇ ਹਾਂ ਵੀ ਇਕੱਠੇ ਹਾਂ, ਪਹਿਲਾਂ ਤੋਂ ਹੀ ਇਕੱਠੇ ਸੀ, ਜਿੰਨੇ ਵੀ ਮਾਨ ਸਾਹਿਬ ਦੀ 19 ਵਾਲੀ ਚੋਣ ਦੇ ਵਿੱਚ ਵੀ, ਜਿਮਨੀ ਚੋਣ ਦੇ ਵਿੱਚ ਵੀ ਅਸੀਂ ਹਮੇਸ਼ਾ ਡਟ ਕੇ ਸਾਥ ਦਿੱਤਾ। ਇਹਨਾਂ ਨੇ ਵੀ ਜਦੋਂ 22 ਦੇ ਵਿੱਚ ਇਲੈਕਸ਼ਨ ਲੜੀ ਆ ਮੌੜ ਤੋਂ, ਇਹਨਾਂ ਨੇ ਸਾਨੂੰ ਉਸ ਵੇਲੇ ਸਮਰਥਨ ਦਿੱਤਾ ਸੀ।
ਸਾਡਾ ਆਜ਼ਾਦ ਤੌਰ ਤੇ ਅਸੀਂ ਲੜ ਰਹੇ ਹਾਂ ਚੋਣ, ਪਰ ਜਦੋਂ ਤੁਸੀਂ ਕਹਿ ਰਹੇ ਹੋ ਕਿ 2019 ਤੋਂ ਜਾਂ ਉਦੋਂ ਪਹਿਲਾਂ ਤੋਂ ਤੁਸੀਂ ਹੁਣ ਚੱਲੇ ਹੋ ਤਾਂ ਤੁਸੀਂ ਪਾਰਟੀ 'ਚ ਸ਼ਾਮਲ ਨਹੀਂ ਹੋਏ, ਉਹਦੀ ਵਜ੍ਹਾ? ਉਹ ਕੋਈ ਨਿੱਜੀ ਵਿਚਾਰ ਨੇ ਜੀ ਮੇਰੇ, ਨਿੱਜੀ ਵਿਚਾਰ ਮਿਲਦੇ ਨਹੀਂ? ਨਹੀਂ ਨਹੀਂ ਵਿਚਾਰ ਮਿਲਦੇ, ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਕਿਸੇ ਪਾਰਟੀ ਦੇ ਨਾਲ ਹੀ ਰਲ ਕੇ ਚੱਲਣਾ ਹੁੰਦਾ, ਬਹੁਤ ਪਾਰਟੀਆਂ ਗੱਠਜੋੜ 'ਚ ਵੀ ਆਉਂਦੀਆਂ ਨੇ, ਬਹੁਤ ਹੋਰ ਧਿਰਾਂ ਵੀ ਨੇ, ਜਿਵੇਂ ਕਿਸਾਨਾਂ ਨੇ ਵੀ ਉਸ ਵੇਲੇ ਸਾਡਾ ਸਹਿਯੋਗ ਕੀਤਾ ਸੀ, ਹੁਣ ਕਿਸਾਨ ਤਾਂ ਫਿਰ ਚੋਣ ਲੜਦੇ ਨਹੀਂ ਹੈਗੇ, ਵਿਚਾਰਧਾਰਾ ਸਾਡੀ ਕਿਸਾਨਾਂ ਨਾਲ ਵੀ ਲੜਦੀ ਨੇ, ਆਜ਼ਾਦ ਲੜ ਰਹੇ ਹਾਂ, ਕੇਂਦਰ ਦਾ ਸਮਰਥਨ, ਅਸੀਂ ਸਰੂਰ ਚ ਇਹਨਾਂ ਨਾਲ